ਆਪਾਂ ਕਸ਼ਮੀਰ ਸਿੰਘ ਜੀ ਫਤਿਹਗੜ੍ਹ ਸਾਹਿਬ ਉਹ 2 ਮਿੰਟ ਤੁਹਾਡੇ ਰੂਬਰੂ ਹੋਣਗੇ ਤੇ ਆਪਾਂ ਤਗੜੇ ਹੋ ਕੇ ਵਾਰ-ਵਾਰ ਬੇਨਤੀ ਕੀਤੀ ਜਾਂਦੀ ਹੈ ਕਿਸਾਨ ਸੰਯੁਕਤ ਮੋਰਚੇ ਵੱਲੋਂ ਵੀ ਤਗੜੇ ਹੋ ਕੇ ਆਪਾਂ ਆਪਣੇ ਏਕੇ ਨੂੰ ਮਜ਼ਬੂਤ ਕਰੀਏ ਕਿਉਂਕਿ ਸਰਕਾਰ ਸਾਨੂੰ ਤੋੜ ਕੇ ਵੰਡ ਕੇ ਸਾਡੇ ਨਾਲ ਰਾਜ ਕਰਨਾ ਚਾਹੁੰਦੀ ਆ ਪਰ ਆਪਾਂ ਆਪਣਾ ਏਕਾ ਬਣਾ ਕੇ ਰੱਖਣਾ ਵਾ ਤਾਂ ਸਾਰੇ ਲੋਕ ਪੂਰੇ ਭਾਰਤ ਦੇ ਲੋਕ ਇਸ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਏ ਇੰਨੀਆਂ ਬੇਨਤੀਆਂ ਹਨ ਜੀ ਸਰਦਾਰ ਕਸ਼ਮੀਰ ਸਿੰਘ ਜੀ ਫਤਿਹਗੜ੍ਹ ਸਾਹਿਬ ਅਗਲੇ ਬੁਲਾਰੇ ਸਾਡੇ ਆਏ ਜੋ ਜਗਦੇਵ ਸਿੰਘ ਜੀ ਸੂਬੇਦਾਰ ਮੇਜਰ ਉਹ ਅਗਲੇ ਬੁਲਾਰੇ ਤਿਆਰ ਰਹਿਣ ਜੀ ਬਹੁਤ ਹੀ ਸਤਿਕਾਰਯੋਗ ਮੇਰੀਆਂ ਭੈਣਾਂ ਬੀਬੀਆਂ ਮਾਵਾਂ ਔਰ ਕਿਸਾਨ ਵੀਰ ਨੌਜਵਾਨ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੇ ਨਾਲ ਸਿਰਫ 2-4 ਗੱਲਾਂ ਕਰਨੀਆਂ ਨੇ ਤੇ ਇੱਕ ਤਾਂ ਇਹ ਹੈ ਵੀ ਜਿਹੜਾ ਮਹੀਨਾ ਉਹ ਰੋਹੀ ਦਾ ਆ ਗਿਆ ਹੈ ਔਰ ਸਾਡੀਆਂ ਟਰਾਲੀਆਂ ਦੇ ਉੱਤੇ ਤਰਪਾਲਾਂ ਪਾਈਆਂ ਹੋਈਆਂ ਨੇ ਔਰ ਇਹਦੇ ਦੇ ਵਿੱਚ ਅੱਗ ਦੇ ਚਾਂਸ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਔਰ ਕਿਰਪਾ ਕਰਕੇ ਜਿਹੜੀਆਂ ਸਾਡੀਆਂ ਤਾਰਾਂ ਲਾਈਆਂ ਹੋਈਆਂ ਨੇ ਨਾ ਉਹ ਵੀ ਬਹੁਤ ਕਮਜ਼ੋਰ ਨੇ ਉਹ ਦੂਜੇ ਤੇ ਤੀਜੇ ਤੇ ਚੌਥੇ ਇਸ ਤਰ੍ਹਾਂ ਸਾਡੀਆਂ ਤਾਰਾਂ ਲੱਗੀਆਂ ਹੋਈਆਂ ਨੇ ਮੈਂ ਬੇਨਤੀ ਕਰਦਾ ਹਾਂ ਸਾਰੇ ਭਰਾਵਾਂ ਨੂੰ ਵੀ ਜਿੱਥੇ ਜਿੱਥੇ ਆਪਣੀਆਂ ਟਰਾਲੀਆਂ ਖੜੀਆਂ ਨੇ ਨਾ ਪਹਿਲਾਂ ਉਹਨਾਂ ਤਾਰਾਂ ਦਾ ਧਿਆਨ ਦਿਓ ਤਾਰ ਮੋਟੀ ਹੋਣੀ ਚਾਹੀਦੀ ਹੈ ਔਰ ਜਿਹੜੇ ਜੋਰ ਨੇ ਉਹ ਠੀਕ ਹੋਣੇ ਚਾਹੀਦੇ ਨੇ ਔਰ ਫਿਰ ਹਰ ਲੰਗਰ ਦੇ ਵਿੱਚ 2 ਢੋਲ ਪਾਣੀ ਦੇ ਭਰ ਕੇ ਰੱਖੋ ਕੋਈ ਪਤਾ ਨਹੀਂ ਹੁੰਦਾ ਕਿਉਂਕਿ ਸਿਰੇ ਤੱਕ ਜਿਹੜਾ ਸਾਡਾ ਮੋਰਚਾ ਹੈ ਇਹ ਬਿਲਕੁਲ ਫਸਮਾ ਖੜਾ ਹੈ ਤੇ ਜੇ ਰੱਬ ਨਾ ਕਰੇ ਐਸੀ ਹਰਕਤ ਹੋ ਜਾਏ ਤਾਂ ਫਿਰ ਬੱਚਿਆਂ ਨੂੰ ਕੁਝ ਨਹੀਂ ਔਰ ਅਗਲੀ ਗੱਲ ਮੈਂ ਆਪਣੇ ਸੰਯੁਕਤ ਮੋਰਚੇ ਨੂੰ ਬੇਨਤੀ ਕਰਦਾ ਬਈ ਉਹ ਇਸ ਗੱਲ ਵੱਲ ਵੀ ਧਿਆਨ ਦੇਣ ਔਰ ਨਾਲੇ ਸਾਨੂੰ ਜਿਹੜੇ ਅੱਗ ਬੁਝਾਊ ਸਿਲੰਡਰ ਹੁੰਦੇ ਨੇ ਉਹ ਵੀ ਲੰਗਰਾਂ ਦੇ ਵਿੱਚ ਦਿੱਤੇ ਜਾਣੇ ਚਾਹੀਦੇ ਨੇ ਸੋ ਇਹ ਤਾਂ ਸੀ ਇੱਕ ਖਾਸ ਬੇਨਤੀ ਹੁਣ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੋਰ ਚਾਹੁੰਦਾ ਤੁਸੀਂ ਕਿਰਪਾ ਕਰਕੇ ਮੈਨੂੰ ਇਹ ਦੱਸੋ ਵੀ ਜਦੋਂ ਧਾਨ ਦੀ ਫਸਲ ਬੀਜਦੇ ਹੋ ਤੇ ਧਾਨ ਬੀਜ ਕੇ ਤੁਸੀਂ ਕਈ ਮਹੀਨੇ ਵੇਟ ਕਰਦੇ ਹੋ 4 ਮਹੀਨੇ ਉਹਨਾਂ ਧਾਨਾਂ ਨੂੰ ਪਾਲਦੇ ਹੋ ਪਾਣੀ ਦਿੰਦੇ ਹੋ ਰਿਓ ਪਾਉਂਦੇ ਹੋ ਸਪਰੇਹਾਂ ਕਰਦੇ ਹੋ ਉਹਦੇ ਦਾਣੇ ਦੀ ਵੇਟ 4 ਮਹੀਨੇ ਹੁੰਦੀ ਹੈ ਔਰ ਅਗਲੀ ਗੱਲ ਜੇ ਕਣਕ ਬੀਜਦੇ ਹੋ ਤਾਂ 6 ਮਹੀਨੇ ਦੀ ਵੇਟ ਕਰਨੀ ਪੈਂਦੀ ਹੈ 6 ਮਹੀਨੇ ਪਾਲਦੇ ਹੋ ਪੋਸ਼ਦੇ ਹੋ ਸਪਰੇਹਾਂ ਕਰਦੇ ਹੋ ਰਿਓ ਪਾਉਂਦੇ ਹੋ ਤੇ ਫਿਰ ਜੇ ਗੰਨਾ ਬੀਜਦੇ ਹੋ ਤਾਂ 1 ਸਾਲ ਵੇਟ ਕਰਨੀ ਪੈਂਦੀ ਹੈ ਇਹ ਲੜਾਈ ਬਹੁਤ ਵੱਡੀ ਆ ਬਹੁਤ ਵੱਡੀ ਹੈ ਲੜਾਈ ਜ਼ਮੀਰਾਂ ਤੇ ਜ਼ਮੀਨਾਂ ਦੀ ਹੈ ਇਹਦੇ ਲਈ ਵੇਟ ਲੰਬੀ ਕਰਨੀ ਪਏਗੀ ਔਰ ਲੰਬੀ ਵੇਟ ਕਰਕੇ ਬੈਠੇ ਰਹੋ ਔਰ ਦੂਜੀ ਮੈਂ ਇੱਕ ਗੱਲ ਹੋਰ ਕਰਾਂ ਬਈ ਲੜਾਈ ਦੇ 4 ਪਹਿਲੂ ਹੁੰਦੇ ਨੇ ਲੜਾਈ ਦੇ 4 ਪਹਿਲੂ ਹੁੰਦੇ ਨੇ ਬਰਬਾਨੀ ਦੇ ਤੌਰ ਤੇ ਦਲੀਲ ਅਪੀਲ ਤਕਰਾਰ ਤਲਵਾਰ ਦੁਬਾਰਾ ਫਿਰ ਰਿਪੀਟ ਕਰ ਦਿੰਦਾ ਲੜਾਈ ਦੇ 4 ਪਹਿਲੂ ਹੁੰਦੇ ਨੇ ਦਲੀਲ ਅਪੀਲ ਤਕਰਾਰ ਤਲਵਾਰ ਮੂਰਖ ਪਹਿਲੇ ਤਲਵਾਰ ਪਰ ਲੈ ਜਾ ਕਰਦਾ ਪਰ ਜਿਹੜੇ ਲੜਾਈਆਂ ਲੜਦੇ ਹੁੰਦੇ ਨੇ ਜਿਸ ਤਰ੍ਹਾਂ ਸਾਡਾ ਸੰਯੁਕਤ ਮੋਰਚਾ ਲੜਦਾ ਉਹ ਫਿਰ ਇਹਨੂੰ ਲੜਾਈ ਨੂੰ ਸਟੈਪ 2 ਸਟੈਪ ਅੱਗੇ ਵਧਾਉਂਦੇ ਨੇ ਸੋ ਮੈਂ ਅਗਲੀ ਗੱਲ ਕਰਾਂ ਇੱਕ ਹੋਰ ਲੜਾਈ ਸਾਡੀ ਅਜੇ ਦਲੀਲ ਤੇ ਅਪੀਲ ਦੇ ਵਿੱਚ ਹੈ ਅੱਗੇ ਸਾਡੀ ਲੜਾਈ ਬਿਲਕੁਲ ਨਹੀਂ ਆਪਾਂ ਦਲੀਲ ਤੇ ਅਪੀਲ ਦੀ ਗੱਲ ਕਰਨੀ ਆ ਔਰ ਮੈਂ ਅਗਲੀ ਗੱਲ ਕਰਾਂ ਮੇਰਾ ਕੁਝ ਇੱਦਾਂ ਦਾ ਹੈਗਾ ਬਈ ਮੈਂ ਹਰ ਗੱਲ
बाणी तो शुरू कर रहा हूं। सो गुरबाणी में मैं पूछ लवा बई बाबा तू दस बई जट नू जमीन किन्नी प्यारी है, तेरे को कोई होगा कंपास तू ओदे नाल मिलके दस बई जट नू जमीन किन्नी प्यारी है। ते फिर बाबा बोलदा है कहिंदा ज्यों भूमन को भूम प्यारी छोटा पुत्र जिमें महतारी भगतन को तैसे गरदारी ऐसी प्रीत कमाल है तू। ते मेरा गुरु ग्रंथ साहिब महाराज कह रहे ने बाबा नानक जी कह रहे ने ज्यों भूमन को भूम प्यारी कहिंदे जिमें जट नू जमीन प्यारी है। हुण मैं एक सही जी उदाहरण देनी है, वो की है उदाहरण भी सच्ची है। कोई जट बेचारा घरों औखा होके साध हो गया ते साध होके जाके बह गया, पिछों कोई परिवार दे विच खुशी का माहौल बनिया, कहन लगे कहंदे भई तू इस तरह करो बापू नू लियाओ। ते बापू किवें आवे, एक गया मुंडा गया न्यू गई लड़की गई भाई गए कहेगा वे मैं नहीं आना। वो जेड़ी बीबी वे घरों से ना उन्होंने पता था कमजोरी का, वो कहती थोड़े तो नहीं आना मैं लेके आऊ। चल कहते बीबी तू ले आ, जाके बीबी कहन लगी भाई बाकी का तेरा कोई सानू कोई गल नहीं कोई बगोचा नहीं, तेरा एक बगोचा वो केड़ा कहंदी अपने जेड़ा बन्ने वाला खेत है ना दूजे पासे लंबरदार लगदे थे ना अपनी बट दे अंदर ले पासे बेरी थी एक ओदे उपर थी सुहागी लंघ जांदी थी तेरी, मैं जा रोटी लेके जांदी थी देखदी थी। कहिंदा उहना ने ढक के बट बेरी को ले आए आप गोचे ने मार ले बाकी कोई गल नहीं। ते जट नू जमीन प्यारी हुंदी आ कहिंदा फड़ाता जरा खूंडा फिर हो रे चक के खूंडा खड़ा हो गया छाती साध गिरी तुरपिया नाल घर नू आ गया। ते घर आके देखिया दस किथे आ कहिंदी बट तां उठी आ तैनू घर नू लियाउण दा ही साधन तां। सो मैं कहना तुहानू मैं मोदी साहब नू दसना चाहना बई जेड़े साध गए साध होए होए घर नू मुड़े आउंदे ने ओ तैनू जमीन किन्नी नू झाकण कित्थे दे लैणगे। जे तू जमीन किन्नी नू झाकिया तेरी अख कढ़ लैणगे नहीं छड़णगे तैनू। इस करके जमीन की गल ना कर। हुण एक गल मैं स्टेट सैकटरी साहब होर कहनी है, टाइम की बहुत प्रॉब्लम है पर लेकिन इको गल कहूंगा कहिंदे जदों फुल सुकदा पहला उदो जांदी है खुशबू ते फिर रंग चला जांदा फिर आकार चला जांदा फिर वजूद चलिया जांदा। पहला बंदे दे अंदरों परमेश्वर की याद जांदी है, जदों याद गई फिर धर्म गया, जदों धर्म गया तो इंसानियत गई, जदों इंसानियत गई बंदे का वजूद गया वो तू ट्रकों के ट्रक तू गालां दे कर देंगे तू खा के चुप करिया बैठा तेरी जमीर मर गई। वाहिगुरु जी का खालसा वाहिगुरू जी। सत श्री अकाल।